ਆ ਦੇਖੋ ਜੀ ਆ ਰੋਡ ਕੁਝ ਦਿਨਾਂ ਦੀ ਮਹਿਮਾਨ ਆ ਜੋ ਲੱਗਦਾ ਪਿਆ ਦੇਖੋ ਇੱਥੇ ਕੋਈ ਵੀ ਹਾਸਾ ਹੋ ਸਕਦਾ ਆ ਤੇ ਮੈਂ ਸਬੰਧਤ ਅਧਿਕਾਰੀ ਜਿਹੜੇ ਆ ਉਹਨਾਂ ਨੂੰ ਰਿਕੁਐਸਟ ਕਰਦਾ ਇਸ ਵੱਲ ਧਿਆਨ ਦਿਓ ਇਹ ਜੋ ਮੈਨੂੰ ਪਤਾ ਲੱਗਾ ਹੈ ਜ਼ਿਲ੍ਹਾ ਪੰਚਾਇਤ ਦੇ ਅੰਡਰ ਰੋਡ ਆਉਂਦੀ ਆ ਇਹ ਰੋਡ ਹੈਗੀ ਆ ਜੀ ਸਾਹਮਣੇ ਉਹ ਆਉਂਦੀ ਆ ਸਰਾਂ ਵੱਲੋਂ ਹੁਸ਼ਾਰਪੁਰ ਰੋਡ ਤੋਂ ਨੂੰ ਕਨੈਕਟ ਕਰਦੀ ਇਹ ਜਾ ਮਾੜਾ ਹੁੰਦੇ ਹੋਏ ਉਸ ਤੋਂ ਬਾਅਦ ਬੁੱਢੀ ਪਿੰਡ ਬੁੱਢੀ ਪਿੰਡ ਤੋਂ ਬਾਅਦ ਇੱਧਰ ਆਉਂਦੀ ਆ ਜੀ ਇਹ ਖੁੱਡੇ ਵੱਲ ਨੂੰ ਜਾਂਦੀ ਇੱਧਰ ਇੱਧਰ ਬੋਦਲ ਕੋਟਲੀ ਇਧਰੋਂ ਦੀ ਹੁੰਦੇ ਹੋਏ ਸਾਹਮਣੇੋਂ ਜਾਂਦੀ ਆ ਖੁੱਡੇ ਨੂੰ ਕਨੈਕਟ ਕਰਦੀ ਆ ਹਾਈਵੇ ਜਿਹੜਾ NH44 ਨੂੰ ਕਨੈਕਟ ਕਰਦੀ ਆ ਤੇ ਮੈਂ ਜ਼ਿਲ੍ਹਾ ਪਰਿਸ਼ਦ ਦੇ ਅਧਿਕਾਰੀਆਂ ਨੂੰ ਰਿਕੁਐਸਟ ਕਰਦਾ ਇਸ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਸੋ ਦੈਟ ਕਿ ਇੱਥੇ ਕੋਈ ਹਾਦਸਾ ਹੋਣਾ ਬਚਾਇਆ ਜਾ ਸਕੇ ਆ ਦੇਖੋ ਬਹੁਤ ਬਰੀ ਹਾਲਤ ਆ ਥੱਲੇ ਮਿੱਟੀ ਖੁਰ ਗਈ ਆ ਆ ਦੇਖੋ ਤੇ ਕਿਸੇ ਵੇਲੇ ਵੀ ਕੋਈ ਹਾਸਾ ਹੋ ਸਕਦਾ ਇੱਥੇ ਜਿੱਥੋਂ ਇਹ ਰੋਡ ਖਰਾਬ ਹੋ ਰਹੀ ਆ ਉਹਦੀ ਐਗਜ਼ੈਕਟ ਲੋਕੇਸ਼ਨ ਜੋ ਆ ਬਿਲਕੁਲ ਨੰਗਲ ਖੂੰਗਾ ਦਾ ਜਿਹੜਾ ਚੋਅ ਆ ਨੰਗਲ ਦਾ ਚੋਅ ਜਿਹਨੂੰ ਕਹਿੰਦੇ ਆ ਹੁਸ਼ਾਰਪੁਰ ਜ਼ਿਲ੍ਹੇ ਵਿੱਚ ਉਹਦੇ ਬਿਲਕੁਲ ਕੋਲ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਏਦਾਂ ਜਿਹੜੀ ਰੋਡ ਜਾ ਰਹੀ ਆ ਦਾਰਾਪੁਰ ਨੂੰ ਜਾ ਰਹੀ ਆ ਟਾਂਡਾ ਉਡਮੁੜ ਨੂੰ ਸਾਹਮਣੋਂ ਆ ਦੇਖੋ ਬਿਲਕੁਲ ਚੌਂਕ ਤੇ ਲਗਭਗ ਆ ਨੰਗਲ ਵਾਲੇ ਨੰਗਲ ਖੂੰਗਾ ਵਾਲੇ ਚੌਂਕ ਤੇ ਆ ਤੇ ਮੈਂ ਅਧਿਕਾਰੀਆਂ ਨੂੰ ਜ਼ਿਲ੍ਹਾ ਪਰਿਸ਼ਦ ਦੇ ਅਧਿਕਾਰੀਆਂ ਨੂੰ ਮੌਜੂਦਾ ਸਰਕਾਰ ਨੂੰ ਰਿਕੁਐਸਟ ਕਰਦਾ ਆਂ ਕਿ ਪਲੀਜ਼ ਇਸ ਵੱਲ ਜਲਦ ਤੋਂ ਜਲ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਅਨਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ